ਅਸਲਾਮੁਅਲੈਕੁਮ ਦੋਸਤੋ, ਤੁਸੀਂ ਵੇਖਦੇ ਪਿਓ ਪਾਕ ਪਤਨ ਪੰਜਾਬ ਟੀਵੀ ਤੇ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਫਰ। ਦੋਸਤੋ, ਜਿਵੇਂ ਕਿ ਤੁਹਾਡਾ ਵੀਰ ਮੁਹੰਮਦ ਜਾਫਰ ਔਰ ਮੁਹੰਮਦ ਨਦੀਮ ਡੇਲੀ ਨਿਸਬਤ ਤੇ ਮੁਖਤਲਫ ਜਾਨਵਰਾਂ ਦੀ ਵੀਡੀਓ ਲੈ ਕੇ ਤੁਰੰਦੇ ਨੇ। ਅੱਜ ਦੀ ਵੀਡੀਓ ਦੋਸਤੋ ਵਾਈ ਸਬਸਕ੍ਰਾਈਬਰ ਦੀ ਆਈ ਨਾ ਬੁਰੀ ਚੁੱਟੀ ਪਿੱਛੇ ਖੜੀ ਦੋਸਤਾਂ ਨੇ ਤੱਕੀ ਹੋਣੀ ਹੈ। ਕਾਫੀ ਸਾਰੇ ਦੋਸਤਾਂ ਦੀਆਂ ਕਾਲਾਂ ਆਈਆਂ। ਇਹ ਜਨਾਬ ਸਾਡਾ ਪਿਆਰਾ ਵੀਰ ਹੈ, ਭਾਈ ਨਦੀਮ ਅਫਜ਼ਲ, ਜ਼ਿਲ੍ਹਾ ਗੁਜਰਾਤ, ਸ਼ਹੀਨ ਚੌਕ। ਇਹ ਜਨਾਬ ਲੋਡ ਕਮਾਉਣ ਲੱਗੇ ਹੈ। ਸ਼ਾਇਦ ਕਿ ਇਹ ਵੀਡੀਓ ਮੁਕੰਮਲ ਨਾ ਬਣਾਈ ਜਾਵੇ ਕਿਉਂਕਿ ਰਾਤ ਹਨੇਰਾ ਲੇਟ ਹੋ ਗਏ ਹੈ। ਬਰਲ ਭਾਈ ਨਦੀਮ ਅਫਜ਼ਲ ਦੀ ਨਜ਼ਰ ਕਰਨ ਲਈ ਔਰ ਕੁਛ ਹੋਰ ਹੈ ਨੇ, ਇੱਕ ਦੋ ਚਾਰ ਬੰਦੇ ਜਿਨ੍ਹਾਂ ਨੂੰ ਵਿਖਾਉਣਾ ਹੈ ਕਿ ਬਈ ਇਹ ਵਾਕਈ ਲੋਡ ਹੋ ਕੇ ਚਲੀ ਗਈ। ਉਹਨਾਂ ਨੂੰ ਖੁਦ ਨੂੰ ਹੀ ਪਤਾ ਚੱਲ ਗਿਆ ਹੋਣਾ, ਵੈਸੇ ਹੀ ਮੌਕੇ ਦੀ ਨਿਸਬਤ ਵੀ ਬਰਲ ਮਜ਼ੀਦ ਵੀ ਚੱਲ ਜਾਏਗਾ। ਇਹ ਜਨਾਬ ਲੋਡ ਕਰਨ ਲੱਗੇ ਹੈ ਕਿ ਜੀ 1,70,000 ਰੁਪਏ ਦੇ ਵਿੱਚ ਸੌਦਾ ਜੀ ਫਾਈਨਲ ਹੋਇਆ ਔਰ ਕੈਮਰਾਮੈਨ ਜੋਟੀ ਤਸੱਲੀ ਬਖਸ਼ ਵਿਖਾ ਦੇਣੀ ਹੈ। ਭਾਈ ਨਦੀਮ ਅਫਜ਼ਲ ਦੇ ਜ਼ਿਹਨ 'ਚ ਗੱਲ ਹੈਗੀ ਸੀ ਕਿ ਉਹ ਨਾ ਹੋਵੇ ਕਿ ਯਾਰ ਕੋਈ ਹੋਰ ਲੋਡ ਨਾ ਕਰਵਾ ਦੇ, ਅਜੇ ਉਹ ਹੀ ਸਾਡੇ ਵਾਲੀ ਲੋਡ ਕਰਵਾਇਆ ਜੇ, ਇਹਨੂੰ ਤਸੱਲੀਆਂ ਨਾਲ ਵਿਖਾਉਣਾ ਹੈ। ਮਜ਼ੀਦ ਉੱਥੇ ਲੈਟ ਚਲਾ ਚਲਦੇ ਹੈਗੇ ਇੱਧਰੋਂ ਕਿਲੇ ਵੱਲ ਛੱਡੋ, ਮੋਰ ਵੀ ਫੜ ਲੈ। ਇਹ ਜਨਾਬ ਜੋਟੀ ਦੇ ਮਾਲਕ ਦਾ ਨਾਮ ਬਾਈ ਮੁਹੰਮਦ ਅਸਮਾਇਲ। ਇੱਥੇ ਬਈ ਰੋਕੀ ਮਾੜੀ ਜੀ, ਸਲੀ ਬਖਸ਼ ਕੈਮਰੇ ਦੀ ਨਜ਼ਰ ਕਰ ਲਈਏ। ਚਿਹਰਾ ਆਉਂਦਾ ਔਰ ਫਿਰ ਹੀ ਮਾੜਾ ਜਿਹਾ, ਮਾਸ਼ਾ ਅੱਲਾ। ਐ ਬਾਈ ਨਦੀਮ ਅਫਜ਼ਲ, ਉਹੀਓ ਲੜਕੀਆਂ ਨੇ, ਉਹੀਓ ਬੁੱਛ ਨੇ, ਠੀਕ ਹੈ, ਐ ਪੈਰਾਂ ਤੱਕ ਸਲੀਆਂ ਕਰ ਲੈਣੀਆਂ ਨੇ। ਤੋਰੋ ਜੀ, ਅੱਛਾ ਉਸਤਾਦ, ਲਾਈਟਾਂ ਇੱਕ ਵਾਰੀ ਫਿਰ ਦੁਬਾਰਾ ਬਾਲਣੀਆਂ ਨੇ ਕਿਉਂਕਿ ਮਾਲਕ ਦੀ ਜ਼ਬਾਨੀ ਜਿਹੜਾ ਬਿਆਨ ਦਿਵਾਉਣਾ ਹੈ ਉਹ ਮਾਸ਼ਾਅੱਲਾ ਨਾ ਮਾਝੇ ਨਾਲ ਲੋਡ ਹੋਈ ਹੋਈ, ਮਾਸ਼ਾਅੱਲਾ ਬੜੇ ਵੱਡੇ ਕਦਾਂ ਦੀ ਮਾਲਕ, ਜੋਟੀ ਵੀ ਮਾਸ਼ਾਅੱਲਾ ਵੱਡੇ ਕਦਾਂ ਵਾਲੀ। ਇੱਥੇ ਬਾਈ ਜਾਨ ਕੈਮਰੇ ਦੀ ਨਿਗਾਹ ਦੇ ਅੱਗੇ ਹੋ ਕੇ ਅਤੇ ਇਹ ਗੱਲ ਦੱਸਣੀ ਹੈ ਕਿ ਬਾਈ ਜਾਨ 1,70,000 ਰੁਪਇਆ ਕਲੀਅਰ ਮਿਲਿਆ, ਕੋਈ ਨੋਟ ਦੇ ਵਿੱਚ ਕਿਸੇ 'ਚ ਵਾਧਾ ਘਾਟਾ ਤਾਂ ਨਹੀਂ। ਠੀਕ ਹੋ ਗਿਆ ਜੀ ਦੋਸਤੋ, ਉਮੀਦ ਹੈ ਕਿ ਵੀਡੀਓ ਪਸੰਦ ਆ, ਅਸੀਂ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਔਰ ਮੁਹੱਬਤ ਨਾਲ ਕਮੈਂਟ ਲਾਜ਼ਮੀ ਕਰਨੇ ਨੇ। ਇਹ ਪਾਕ ਵਤਨ ਪੰਜਾਬ ਦੇ ਵੀ ਇਤਮਾਦ ਦਾ ਨਾਮ ਹੈ। ਇਨਸ਼ਾਅੱਲਾ ਇਹਦੇ 'ਤੇ ਕੋਈ ਵਾਧੇ ਘਾਟੇ ਵਾਲੀਆਂ ਦੋ ਨੰਬਰ ਜਿਹੜੀਆਂ ਗੱਲਾਂ ਨਹੀਂ ਹੁੰਦੀਆਂ ਔਰ ਮੁੱਕਦੀਆਂ ਚੁੱਕਦੀਆਂ ਕਰੀਦੀਆਂ ਨੇ, ਜ਼ਿਆਦਾ ਲੰਬੀਆਂ ਸਾਥੋਂ ਨਹੀਂ ਹੁੰਦੀਆਂ। ਮੈਂ ਉਹਨਾਂ ਦੀ ਇਜਾਜ਼ ਨਵੀਂ ਅੱਛੀ ਬਿਹਤਰੀਨ ਵੀਡੀਓ ਲੈ ਕੇ ਆਵਾਂਗਾ। ਹਾਜ਼ਰ ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।